ਗ੍ਰਿਫਟ ਵਿੱਚ ਨੌਕਰੀ ਕਰਦੇ ਨੌਜਵਾਨ ਦੀਪ ਕੁਮਾਰ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ। ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਨੌਜਵਾਨਾਂ ਦੇ ਨਾਲ ਮਾਰਕੁਟਾਈ ਕੀਤੀ ਗਈ ਸੀ, ਜਿਸ ਕਰਕੇ ਨੌਜਵਾਨ ਦੀ ਮੌਤ ਹੋ ਗਈ। ਗੁਰਦੁਆਰਾ ਸਾਹਿਬ ਵਿੱਚ ਨੌਜਵਾਨ ਦੇ ਬੂਟ ਅਤੇ ਟੋਪੀ ਵੀ ਪਈ ਮਿਲੀ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਤਿਬੜੀ ਰੋਡ 'ਤੇ ਸਥਿਤ ਇੱਕ ਗੁਰਦੁਆਰਾ ਸਾਹਿਬ ਨੇੜੇ ਨੌਜਵਾਨ ਜ਼ਖਮੀ ਪਿਆ ਹੋਇਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਜੀ ਇੱਕ ਦੀਪਕ ਕੁਮਾਰ ਹੈਗਾ ਜੀ, ਦੀਪਕ ਕੁਮਾਰ ਨਾਂ ਦਾ ਬੰਦਾ ਵਾ ਸਰਮੋਲਾੜੀ ਦਾ, ਉਹਦੇ ਵਾਰਸ ਵੀ ਆ ਗਏ ਨੇ। ਗ੍ਰਿਫਟ ਨੌਕਰੀ ਕਰਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਇਹਦੀ ਡੈੱਡ ਬੋਡੀ ਮਿਲੀ ਹੈ ਅਤੇ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਸਾਰਾ। ਇਨਵੈਸਟੀਗੇਟ ਕਰਨ ਤੋਂ ਬਾਅਦ ਤੁਹਾਨੂੰ ਦੱਸਦੇ ਡੈੱਡ ਬੋਡੀ ਕਿੱਥੋਂ ਮਿਲੀ, ਅੰਦਰੋਂ ਬਾਹਰੋਂ? ਆ ਬਸ ਇੱਥੋਂ ਹੀ ਜੀ, ਜਿੱਥੇ ਅਸੀਂ ਖੜ੍ਹੇ ਹੈਗੇ ਹਾਂ ਇੱਥੋਂ ਮਿਲੀ ਡੈੱਡ ਬੋਡੀ। ਇਹ ਮੈਂ ਵੇਰੀਫਾਈ ਕਰ ਰਿਹਾ ਜੀ, ਜਿਹੜੇ ਲੈ ਗਏ ਆਪਣੇ ਮੁਲਾਜ਼ਮ ਉਹਨਾਂ ਨੂੰ ਪਤਾ ਕਿੱਥੋਂ ਮਿਲੀ ਆ, ਉਹ ਗਏ ਨੇ ਉੱਥੇ ਡੈੱਡ ਬੋਡੀ ਮੋਰਚਰੀ 'ਚ ਨੇ ਉੱਥੇ ਆਉਂਦੇ ਤਾਂ ਉਹਨਾਂ ਨੂੰ ਸਾਰਾ ਵੇਰੀਫਾਈ ਕਰ ਕੀ ਕਰਨ ਲੱਗਦਾ ਜੀ ਡੈੱਡ ਦੇਖ ਰਹੇ ਜੀ, ਤਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਉਹਦੀ ਡੈੱਥ ਦਾ ਕੀ ਕਾਰਨ ਹੈਗਾ। ਮਤਲਬ ਬੜੀ ਬੁਰੀ ਤਰ੍ਹਾਂ ਕੁੱਟਿਆ ਨਾ ਗੁਰਦੁਆਰਾ ਕੀਤੀ ਗਈ ਪ੍ਰਬੰਧਕਾਂ? ਹਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਜੀ, ਵੀ ਮੈਂ ਇਸ ਚੀਜ਼ 'ਤੇ ਐਜ਼ ਆਫ ਨਾਓ ਹੁਣ ਨਹੀਂ ਮੈਂ ਕਹਿ ਸਕਦਾ ਤੁਹਾਨੂੰ, ਮੈਂ ਤਾਂ ਪੋਸਟਮਾਰਟਮ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੱਦਾਂ ਦੀ ਉਹਦੇ ਕੀ ਸੱਟਾਂ ਨੇ, ਕੀ ਕਿੱਦਾਂ ਉਹਦੀ ਡੈੱਥ ਹੋਈ ਹੈ, ਤਾਂ ਪੋਸਟਮਾਰਟਮ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ। ਜੋ ਵੀ ਹੋਏਗਾ ਪੋਸਟਮਾਰਟਮ 'ਚ ਆਏਗਾ। ਪਰਿਵਾਰ ਇਹੀ ਇਲਜ਼ਾਮ ਲਗਾ ਰਿਹਾ ਕਿ ਉਹਦੀ ਕੁੱਟਮਾਰ? ਹਾਂ ਪਰਿਵਾਰ ਜਿਹੜਾ ਵਾ ਉਹ ਇਲਜ਼ਾਮ ਲਗਾ ਰਿਹਾ ਵੀ ਉਹਨਾਂ ਨੇ ਕੁੱਟਮਾਰ ਕੀਤੀ। ਅਸੀਂ ਦੇਖ ਰਹੇ ਹਾਂ ਸਾਰਾ, ਉਹੀ ਅਸੀਂ ਉਹੀ ਐਂਗਲ ਵੇਰੀਫਾਈ ਕਰ ਰਹੇ ਹਾਂ ਸਾਰਾ। ਆਵਾਜ਼ ਏਕਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ। ਗ੍ਰਿਫਟ ਵਿੱਚ ਨੌਕਰੀ ਕਰਦੇ ਨੌਜਵਾਨ ਦੀਪ ਕੁਮਾਰ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ। ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਨੌਜਵਾਨਾਂ ਦੇ ਨਾਲ ਮਾਰਕੁਟਾਈ ਕੀਤੀ ਗਈ ਸੀ, ਜਿਸ ਕਰਕੇ ਨੌਜਵਾਨ ਦੀ ਮੌਤ ਹੋ ਗਈ। ਗੁਰਦੁਆਰਾ ਸਾਹਿਬ ਵਿੱਚ ਨੌਜਵਾਨ ਦੇ ਬੂਟ ਅਤੇ ਟੋਪੀ ਵੀ ਪਈ ਮਿਲੀ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਤਿਬੜੀ ਰੋਡ 'ਤੇ ਸਥਿਤ ਇੱਕ ਗੁਰਦੁਆਰਾ ਸਾਹਿਬ ਨੇੜੇ ਨੌਜਵਾਨ ਜ਼ਖਮੀ ਪਿਆ ਹੋਇਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਜੀ ਇੱਕ ਦੀਪਕ ਕੁਮਾਰ ਹੈਗਾ ਜੀ, ਦੀਪਕ ਕੁਮਾਰ ਨਾਂ ਦਾ ਬੰਦਾ ਵਾ ਸਰਮੋਲਾੜੀ ਦਾ, ਉਹਦੇ ਵਾਰਸ ਵੀ ਆ ਗਏ ਨੇ। ਗ੍ਰਿਫਟ ਨੌਕਰੀ ਕਰਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਇਹਦੀ ਡੈੱਡ ਬੋਡੀ ਮਿਲੀ ਹੈ ਅਤੇ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਸਾਰਾ। ਇਨਵੈਸਟੀਗੇਟ ਕਰਨ ਤੋਂ ਬਾਅਦ ਤੁਹਾਨੂੰ ਦੱਸਦੇ ਡੈੱਡ ਬੋਡੀ ਕਿੱਥੋਂ ਮਿਲੀ, ਅੰਦਰੋਂ ਬਾਹਰੋਂ? ਆ ਬਸ ਇੱਥੋਂ ਹੀ ਜੀ, ਜਿੱਥੇ ਅਸੀਂ ਖੜ੍ਹੇ ਹੈਗੇ ਹਾਂ ਇੱਥੋਂ ਮਿਲੀ ਡੈੱਡ ਬੋਡੀ। ਇਹ ਮੈਂ ਵੇਰੀਫਾਈ ਕਰ ਰਿਹਾ ਜੀ, ਜਿਹੜੇ ਲੈ ਗਏ ਆਪਣੇ ਮੁਲਾਜ਼ਮ ਉਹਨਾਂ ਨੂੰ ਪਤਾ ਕਿੱਥੋਂ ਮਿਲੀ ਆ, ਉਹ ਗਏ ਨੇ ਉੱਥੇ ਡੈੱਡ ਬੋਡੀ ਮੋਰਚਰੀ 'ਚ ਨੇ ਉੱਥੇ ਆਉਂਦੇ ਤਾਂ ਉਹਨਾਂ ਨੂੰ ਸਾਰਾ ਵੇਰੀਫਾਈ ਕਰ ਕੀ ਕਰਨ ਲੱਗਦਾ ਜੀ ਡੈੱਥ ਹੋਣ? ਦੇਖ ਰਹੇ ਜੀ, ਤਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਉਹਦੀ ਡੈੱਥ ਦਾ ਕੀ ਕਾਰਨ ਹੈਗਾ। ਮਤਲਬ ਬੜੀ ਬੁਰੀ ਤਰ੍ਹਾਂ ਕੁੱਟਿਆ ਨਾ ਗੁਰਦੁਆਰਾ ਕੀਤੀ ਗਈ ਪ੍ਰਬੰਧਕਾਂ? ਹਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਜੀ, ਵੀ ਮੈਂ ਇਸ ਚੀਜ਼ 'ਤੇ ਐਜ਼ ਆਫ ਨਾਓ ਹੁਣ ਨਹੀਂ ਮੈਂ ਕਹਿ ਸਕਦਾ ਤੁਹਾਨੂੰ, ਮੈਂ ਤਾਂ ਪੋਸਟਮਾਰਟਮ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੱਦਾਂ ਦੀ ਉਹਦੇ ਕੀ ਸੱਟਾਂ ਨੇ, ਕੀ ਕਿੱਦਾਂ ਉਹਦੀ ਡੈੱਥ ਹੋਈ ਹੈ, ਤਾਂ ਪੋਸਟਮਾਰਟਮ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ। ਜੋ ਵੀ ਹੋਏਗਾ ਪੋਸਟਮਾਰਟਮ 'ਚ ਆਏਗਾ। ਪਰਿਵਾਰ ਇਹੀ ਇਲਜ਼ਾਮ ਲਗਾ ਰਿਹਾ ਕਿ ਉਹਦੀ ਕੁੱਟਮਾਰ? ਹਾਂ ਪਰਿਵਾਰ ਜਿਹੜਾ ਵਾ ਉਹ ਇਲਜ਼ਾਮ ਲਗਾ ਰਿਹਾ ਵੀ ਉਹਨਾਂ ਨੇ ਕੁੱਟਮਾਰ ਕੀਤੀ। ਅਸੀਂ ਦੇਖ ਰਹੇ ਹਾਂ ਸਾਰਾ, ਉਹੀ ਅਸੀਂ ਉਹੀ ਐਂਗਲ ਵੇਰੀਫਾਈ ਕਰ ਰਹੇ ਹਾਂ ਸਾਰਾ। ਆਵਾਜ਼ ਏਕਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।